ਤੁਸੀਂ ਤਾਂ ਕਮਾਲ ਕੀਤਾ ਹੋਇਆ, ਤੁਹਾਡੀ ਫਿਲਮ ਜਿਹੜੀ ਹੈ ਹੁਣ ਜਿਹੜੀ ਆਈ ਹੈ ਸ਼ਾਇਰ ਫਿਲਮ ਆ ਗਈ ਹੈ, ਵੱਡੇ ਕਲਾਕਾਰਾਂ ਦੇ ਨਾਲ ਤੁਸੀਂ ਲਗਾਤਾਰ ਜੋ ਹੈ ਵੱਡੇ ਪਰਦੇ 'ਤੇ ਨਜ਼ਰ ਆ ਰਹੇ ਹੋ, ਅਤੇ ਇੱਧਰ ਜਿਹੜਾ ਸਵਾਦ ਦੇ ਨਾਲ ਨਾਲ ਲੋਕਾਂ ਦੇ ਹਸਾ ਕੇ ਜਿਹੜੇ ਨੇ ਉਹਨਾਂ ਦਾ ਮਨੋਰੰਜਨ ਇੱਥੇ ਆਪਣੀ ਰੇਹੜੀ 'ਤੇ ਵੀ ਕਰਦੇ ਹੋ? ਜਿੱਦਾਂ ਹੁਣ ਮੈਂ ਇੱਕ ਕਾਰਡ ਲਗਾਉਣਾ, ਇੱਕ ਰੇਹੜੀ ਲਗਾਉਣਾ, ਉਹਨਾਂ ਦੇ ਮਾਇੰਡ 'ਚ ਇਹ ਥਿੰਕਿੰਗ ਨਹੀਂ ਆਉਂਦੀ ਕਿ ਬੰਦਾ ਕਾਰਡ ਲਗਾਉਂਦਾ, ਉਹ ਮੈਨੂੰ ਵੀ ਮਤਲਬ ਇੱਕ ਸਟਾਰ ਟਾਈਪ ਹੀ ਸਮਝਦੇ ਨੇ, ਇਹ ਬੰਦਾ ਬਹੁਤ ਵੱਡਾ ਸਟਾਰ ਤਾਂ ਤੁਸੀਂ ਵੈਸੇ ਹੀ ਬਣ ਚੁੱਕੇ ਹੋ। ਲਓ ਜੀ, ਮੋਦੀ ਸਾਹਿਬ ਆ ਰਹੇ ਨੇ। ਭਾਈਓ ਬਹਿਨੋ, ਆਜ ਮੈਂ ਆਪਕੇ ਲਈ ਬੁਰੀ ਖਬਰ ਲਾਇਆ ਹੂੰ। ਆਪਕੋ ਨਿਰਾਸ਼ਾ ਹੋਗੀ, ਤਕਲੀਫ ਵੀ ਹੋਗੀ, ਲੇਕਿਨ ਸਹਿਨ ਵੀ ਆਪਕੋ ਕਰਨਾ ਪੜੇਗਾ ਭਾਈਓ ਬਹਿਨੋ। ਆਜ ਰਾਤ 8 ਵਜੇ ਕੇ ਬਾਅਦ, ਘਬਰਾਈਏ ਨਹੀਂ, ਕੁਝ ਬਦਲਨੇ ਵਾਲਾ ਨਹੀਂ ਹੈ। ਆਜ ਰਾਤ 8 ਵਜੇ ਕੇ ਬਾਅਦ ਗੋਲੇ ਨਹੀਂ ਮਿਲੇਂਗੇ, ਆਜ ਰਾਤ 8 ਵਜੇ ਕੇ ਬਾਅਦ ਆਪਕੋ ਇਮਲੀ ਵਾਲੇ ਗੋਲੇ ਮਿਲੇਂਗੇ ਭਾਈਓ ਬਹਿਨੋ। ਉਹ ਵੀ ਲੱਕੀ ਜੀ ਦੇ ਸਪੈਸ਼ਲ ਵਾਲੇ ਹਨ। ਕੀ ਚੀਜ਼ਾਂ ਤੁਸੀਂ ਖਾਸ ਤੌਰ 'ਤੇ ਇੱਥੇ ਵੇਚਦੇ ਰਹੇ ਹੋ? ਮੈਂ ਭਾਅ ਜੀ, ਮੇਰੇ ਕੋਲ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ, ਲੈਮਨ ਸੋਡਾ, ਦੁੱਧ ਸੋਡਾ, ਮਿਲਕਸ਼ੇਕ, ਮਜੀਟੋ, ਮੌਕਟਲਸ, ਕੋਲਡ ਕੌਫੀ, ਰਬੜੀ ਫਲੂਦਾ, ਬਰਫ਼ ਦਾ ਗੋਲਾ, ਉਹਦੇ 'ਚ ਵਰਾਇਟੀਆਂ ਨੇ, ਇੰਨੀਆਂ ਕੁ ਵਰਾਇਟੀਆਂ ਨੇ। ਅਗਰ ਕੋਈ ਇਨਸਾਨ ਅਗਰ ਰੋਜ਼ ਆ ਕੇ ਖਾਣਾ ਸਟਾਰਟ ਕਰੇ ਤਾਂ ਮੇਰੇ ਖਿਆਲ ਨਾਲ 1-1.5 ਮਹੀਨਾ ਲੱਗ ਜਾਏਗਾ ਵਰਾਇਟੀਆਂ ਪੂਰੀ ਹੁੰਦੇ ਹੁੰਦੇ। ਅੱਛਾ, ਹਾਂਜੀ, ਮਤਲਬ ਗਰਮੀ ਵਿੱਚ ਪੂਰੀ ਠੰਡ ਪਾਓਗੇ ਪੂਰੀ? ਭਾਅ ਜੀ, ਕੋਸ਼ਿਸ਼ ਕਰੀ ਦੀਏ ਲੋਕਾਂ ਨੂੰ ਸਵਾਦ ਦੇ ਨਾਲ ਕੁਆਲਿਟੀ ਵੀ ਦਈਏ, ਹਰ ਇੱਕ ਚੀਜ਼ ਦੇ 'ਚ ਕੋਈ ਨਾ ਕੋਈ ਅਲੱਗ ਜਿਹੀ ਕੁਆਲਿਟੀ ਦੇ, ਤਾਂ ਕਿ ਅਗਲਾ ਖੁਸ਼ ਹੋਵੇ। ਮੈਂ ਖੁਦ ਹੈਰਾਨ ਹਾਂ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਅਜੇ ਕਿਸੇ ਨੂੰ ਸ਼ੋਅ ਵੀ ਨਹੀਂ ਕੀਤਾ ਸੀਗਾ। ਮੈਂ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਭਾਅ ਜੀ ਕਿ ਮਤਲਬ ਮੈਂ ਇੱਦਾਂ ਦਾ ਸਰਤਾਜ ਸਰ ਜੀ ਨਾਲ ਮੂਵੀ ਕਰਕੇ ਆਇਆ, ਜਾਂ ਦਲਜੀਤ ਦੋਸਾਂਝ ਜੀ ਦੇ ਫਿਲਮ ਜੱਟ ਐਂਡ ਜੂਲੀਅਟ ਗਾਣੇ ਦੇ ਵਿੱਚ ਮੇਰਾ ਰੋਲ ਹੈਗਾ। ਮੈਂ ਕਿਸੇ ਨੂੰ ਦੱਸਿਆ ਨਹੀਂ ਸੀਗਾ। ਇੱਕ ਦਲਜੀਤ ਦੋਸਾਂਝ ਦੇ ਨਾਲ ਵੀ ਤੁਹਾਡੀ? ਹਾਂ, ਦਲਜੀਤ ਦੋਸਾਂਝ ਜਿਹੜੀ ਜੱਟ ਐਂਡ ਜੂਲੀਅਟ 3 ਆਉਣੀ ਹੈ, ਉਹਦੇ ਗਾਣੇ 'ਚ ਰੋਲ ਹੈਗਾ। ਦਲਜੀਤ ਦੋਸਾਂਝ ਦੇ ਨਾਲ ਆਪਾਂ ਨੱਚਦੇ ਟੱਪਦੇ ਪਏ ਹਾਂ, ਅਤੇ ਉਹ ਸੀਨ ਹੈਗਾ ਆਪਣਾ ਉਹਦੇ ਵਿੱਚ। ਅੰਜਲੇ ਅੰਜਲੇ ਤੁਮ ਮੁਝੇ ਭੁੱਲ ਜਾਓ, ਯਾ ਹੋ ਨਹੀਂ ਸਕਤਾ, ਔਰ ਮੈਂ ਤੁਮੇ ਗੋਲਾ ਨਾ ਖਿਲਾਓ, ਐਸਾ ਮੈਂ ਹੋਣੇ ਨਹੀਂ ਦੂੰਗਾ। ਅੰਜਲੇ ਅੰਜਲੇ ਮੁਝੇ ਯਹ ਬਤਾਓ, ਸਾਗਰ ਕੀ ਵੋਟੀ ਕਹਾਂ ਗਈ ਹੈ, ਮੈਂ ਉਸੇ ਢੂੰਢ ਰਹਾ ਹੂੰ। ਅੰਜਲੇ ਉਸਕੇ ਐਂਡ ਕਾ ਕੋ ਮੈਨੇ ਪੈਂਚਰ ਕਰਨਾ ਹੈ, ਮੇਰੇ ਪਾਸ ਲੈ ਕੇ ਆਓ, ਮੈਨੇ ਗੋਲਾ ਖਿਲਾਇਆ। ਅੰਜਲੇ ਹੋਰ ਕਿੰਨੇ ਕਿੰਨੇ ਕਲਾਕਾਰਾਂ ਦੀ ਤੁਸੀਂ ਮਿਮਿਕਰੀ? ਬਹੁਤ ਸਾਰੇ ਕਲਾਕਾਰ ਹੈਗੇ, ਅਮਰੀਸ਼ ਪੁਰੀ ਦਾ ਅਲੱਗ ਅੰਦਾਜ਼ ਹੈਗਾ। ਅਰੇ ਬਈ, ਯਹਾਂ ਪੇ ਤੋ ਸਭੀ ਦਿਲ ਜਲੇ ਹੈ, ਲੇਕਿਨ ਗੋਲਾ ਖਾ ਕੇ ਹੀ ਠੰਡ ਪੜੇਗੀ। ਅਰੇ ਗੋਲਾ ਤੋ ਸਿਮਰਨ ਨੇ ਵੀ ਖਾਇਆ ਤਾ, ਜੋ ਆਪਣਾ ਸਿਮ ਤੋੜ ਕੇ ਰਨ ਹੋ ਗਈ। ਸਾਗਰ ਦੀ ਵੋਟੀ ਕਿੱਧਰ ਚਲੇ ਗਈ? ਸਾਗਰ ਦੀ ਵੋਟੀ ਤੋਂ ਤੁਹਾਡੇ ਕੋਲ ਆਏਗੀ ਜੀ, ਨਿਊਜ਼ ਕਰਾਉਣਾ। ਕਿੰਨੇ ਸਮਾਂ ਹੋ ਗਿਆ ਤੁਹਾਨੂੰ ਇੱਥੇ? ਮੈਨੂੰ ਕਾਫੀ ਟਾਈਮ ਹੋ ਗਿਆ ਜੀ, ਮੈਂ 10.5 ਸਾਲ ਦਾ ਸੀਗਾ ਉਦੋਂ ਤੋਂ ਮੈਂ ਆਪਣਾ ਕੰਮ ਕਰਦਾ ਪਿਆ, 10-10.5 ਸਾਲ ਦਾ ਸੀਗਾ, ਕਿਉਂਕਿ ਮਜਬੂਰੀਆਂ ਐਸੀ ਸੀਗੀਆਂ ਕਿ ਇੱਕ ਟਾਈਮ ਐਸਾ ਸੀਗਾ ਕਿ ਜਦੋਂ ਸਾਡੇ ਕੋਲ ਸੌਣ ਵਾਸਤੇ ਮੰਜਾ ਬਿਸਤਰਾ ਕੁਛ ਵੀ ਨਹੀਂ ਹੁੰਦਾ, 2 ਸਾਲ ਅਸੀਂ ਜ਼ਮੀਨ 'ਤੇ ਸੁੱਤੇ ਹਾਂ, ਬਿਲਕੁਲ ਠੰਡ ਗਰਮੀ ਬਰਸਾਤ ਸਭ। ਪੂਰਾ ਸੰਘਰਸ਼ ਕੀਤਾ ਲਾਈਫ? ਸੰਘਰਸ਼ 10.5 ਸਾਲ ਦੀ ਏਜ 'ਚ ਮੈਂ ਰਿਕਸ਼ਾ ਵੀ ਚਲਾਇਆ, 3 ਮਹੀਨੇ ਰਿਕਸ਼ਾ ਵੀ ਚਲਾਇਆ, ਬਹੁਤ ਛੋਟਾ ਜਿਹਾ ਹੁੰਦਾ ਸੀਗਾ, ਕਿਉਂਕਿ ਪਰਿਵਾਰ ਦੇ 'ਚ ਇੰਨੀ ਮਜਬੂਰੀਆਂ ਸੀਗੀਆਂ, ਕਈ ਲੋਕ ਪੈਸੇ ਦਿੰਦੇ ਸੀ, ਮੈਂ ਕਹਿੰਦਾ ਸੀ ਨਹੀਂ, ਮੈਨੂੰ 1 ਕਿਲੋ ਦੁੱਧ ਲਿਆ ਕੇ ਦੇ ਦਿਓ ਘਰ ਵਾਸਤੇ, ਇੱਦਾਂ ਦੇ ਵੀ ਟਾਈਮ ਸੀਗਾ ਮੇਰੇ ਕੋਲ। ਅਤੇ ਅੱਜ ਰੱਬ ਦਾ ਦਿੱਤਾ ਇੰਨਾ ਹੈਗਾ ਕਿ ਚਲੋ ਹਾਂ, ਆਪਣੇ ਘਰ ਦਾ ਸਰਕਲ ਸਹੀ ਚੱਲਦਾ ਪਿਆ, ਲੋਕ ਇੱਜ਼ਤ ਮਾਣ ਪੂਰਾ ਕਰਦੇ ਆ, ਔਰ ਤੁਸੀਂ ਬਿਲੀਵ ਨਹੀਂ ਕਰੋਗੇ, ਭਾਈ ਸਾਹਿਬ ਕੋਲ ਬਿਲਕੁਲ ਸਾਹਮਣੇ ਖੜੇ ਭਾਈ ਸਾਹਿਬ ਕੋਲ ਟਾਈਮ ਨਹੀਂ ਹੁੰਦਾ, ਲੇਕਿਨ ਮੇਰੇ ਕਰਕੇ 5-10 ਮਿੰਟ ਖੜ ਵੀ ਜਾਂਦੇ, ਵੇਟ ਵੀ ਕਰ ਲੈਂਦੇ ਆ। ਦੇਖੋ, ਕੰਮ ਨੂੰ ਕੰਮ ਸਮਝਣਾ ਚਾਹੀਦਾ, ਇਹ ਚੀਜ਼ ਮੇਰੇ 'ਤੇ ਵੀ ਲਾਗੂ ਹੋਈ ਹੈ, ਮੈਂ ਤੁਹਾਨੂੰ ਦੱਸਾਂ, ਕਿਉਂਕਿ ਜਦੋਂ ਇਨਸਾਨ ਦਾ ਕਿਤੇ ਵਿਆਹ ਕਰਨਾ ਹੁੰਦਾ ਨਾ, ਤਾਂ ਸਭ ਤੋਂ ਪਹਿਲਾਂ ਉਹਦੇ ਕੋਲ ਇਹ ਪੁੱਛਿਆ ਜਾਂਦਾ ਕਿ ਮੁੰਡਾ ਕੰਮ ਕੀ ਕਰਦਾ, ਔਰ ਮੇਰੇ ਨਾਲ ਵੀ ਇੱਦਾਂ ਹੀ ਹੋਇਆ ਕਿ ਬਹੁਤ ਵਾਰੀ ਰਿਸ਼ਤੇ ਆਏ ਜਾਂ ਲੋਕਾਂ ਨੇ ਪੁੱਛਿਆ ਵੀ ਕਹਿੰਦੇ ਮੁੰਡਾ ਕੰਮ ਕੀ ਕਰਦਾ, ਕਹਿੰਦੇ ਰੇਹੜੀ ਲਗਾਉਂਦਾ ਜੀ, ਉਹਦੇ ਕਰਕੇ ਮਤਲਬ ਨਾ ਹੋ ਜਾਂਦੀ ਹੈ, ਇਹ ਲੋਕਾਂ ਦੇ ਮਾਇੰਡ 'ਚ ਥਿੰਕਿੰਗ ਹੈਗੀ ਹੈ, ਸ਼ੋਰਟਸ ਹੈਗਾ। ਲੇਕਿਨ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਅਗਰ ਤੁਹਾਡੇ ਘਰ ਦੇ ਖਰਚੇ ਸਹੀ ਚੱਲਦੇ ਆ, ਤੁਸੀਂ ਆਪਣੇ ਘਰ ਨੂੰ ਬਿਲਕੁਲ ਇੱਕ ਵਧੀਆ ਤਰੀਕੇ ਨਾਲ ਉਹ ਕਰਦੇ ਪਏ ਹੋ, ਖਰਚੇ ਚਲਾ ਰਹੇ ਹੋ, ਤਾਂ ਤੁਸੀਂ ਸਭ ਤੋਂ ਵੱਡੇ ਹੀਰੇ ਹੈਗੇ ਹੋ। ਲੇਕਿਨ ਅੱਜ ਦੀ ਡੇਟ 'ਚ ਤੁਸੀਂ ਦੇਖੋ, 80-90% ਮੁੰਡੇ ਜਿਹੜੇ ਹੈਗੇ ਆ, ਕਹਿਣਾ ਨਹੀਂ ਚਾਹੀਦਾ, ਲੇਕਿਨ ਉਹ ਨਸ਼ੇ ਦੇ ਆਦੀ ਹੋ ਚੁੱਕੇ ਹੋਏ ਆ। ਨਹੀਂ ਤਾਂ ਜਿਹੜੇ ਰਿਸ਼ਤੇ ਲੈ ਕੇ ਆਏ ਸੀ ਉਹ ਤਾਂ ਹੁਣ ਪਛਤਾ ਰਹੇ ਹੋਣਗੇ।
ਨਹੀਂ ਭਾਅ ਜੀ ਅਜੇ ਤੱਕ ਤਾਂ ਕੋਈ ਐਸੀ ਕੋਈ ਸੁਣਨ ਦੇ 'ਚ ਨਹੀਂ ਆਇਆ, ਮੈਂ ਤਾਂ ਅਜੇ ਤੱਕ ਕੁਆਰਾ ਬੈਠਾ ਕੋਈ ਹੋਵੇ ਤਾਂ ਮੈਨੂੰ ਸਿਲ ਵੀ ਉਹ ਮਾਹੌਲ ਪੂਰਾ ਗਰਮ ਹੋਇਆ ਹੁੰਦਾ ਉਦੋਂ ਸਤਿੰਦਰ ਸਰਤਾਜ ਦੀ ਅਚਾਨਕ ਐਂਟਰੀ ਹੁੰਦੀ ਹੈ, ਉਹ ਫਿਰ ਸ਼ੇਰੋ ਸ਼ਾਇਰੀ ਬੋਲਦੇ ਆ ਅਤੇ ਉਹਦੇ ਵਿੱਚ ਮਤਲਬ ਉਸ ਤੋਂ ਬਾਅਦ ਉਹਦੇ 'ਚ ਸਾਡੀ ਗੱਲਬਾਤ ਹੁੰਦੀ ਹੈ ਆਪਸ ਵਿੱਚ ਸਾਰਿਆਂ ਦੀ। ਅਤੇ ਔਰ ਇੱਕ ਮੇਰਾ ਰੋਲ ਹੈਗਾ ਜਦੋਂ ਸਟੇਜ 'ਤੇ ਉਹ ਸ਼ੇਰੋ ਸ਼ਾਇਰੀ ਬੋਲਦੇ ਆ ਅਤੇ ਮੈਨੂੰ ਬਿਲਕੁਲ ਫਰੰਟ 'ਤੇ ਬਿਠਾਇਆ ਗਿਆ ਸੀਗਾ ਅਤੇ ਕਹਿੰਦੇ ਸੀ ਜਦੋਂ ਸ਼ੇਰੋ ਸ਼ਾਇਰੀ ਬੋਲਣ ਤਾਂ ਤੁਸੀਂ ਉਹਨਾਂ ਦੀ ਸ਼ੇਰੋ ਸ਼ਾਇਰੀ ਰਿਪੀਟ ਕਰਕੇ ਉੱਚੀ ਉੱਚੀ ਵਾਹ ਵਾਹ ਕਰਨੀ ਹੈ ਅਤੇ ਉਹ ਮੇਰਾ ਸੀਨ ਸੀਗਾ ਜੀ। ਸਤਿ ਸ਼੍ਰੀ ਅਕਾਲ ਜੀ, ਸੁਰਕਾਬ ਅਤੇ ਰਹਿਮਤ ਟੀ ਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੀਰ ਰਾਹੀ। ਅੱਜ ਤੁਹਾਨੂੰ ਇਹੋ ਜਿਹੇ ਇੱਕ ਨੌਜਵਾਨ ਦੇ ਨਾਲ ਮਿਲਵਾਵਾਂਗੇ ਜੋ ਦਲਜੀਤ ਦੋਸਾਂਝ ਅਤੇ ਸਰਤਾਜ ਦੇ ਨਾਲ ਜੋ ਹੈ ਫਿਲਮਾਂ ਵਿੱਚ ਰੋਲ ਕਰ ਰਿਹਾ। ਉਸ ਤੋਂ ਇਲਾਵਾ ਜਿਹੜਾ ਉਹ ਨੌਜਵਾਨ ਜਿਹੜਾ ਕਈ ਕਲਾਕਾਰਾਂ ਦੀ ਜਿਹੜੀ ਹੈ ਮਿਮਿਕਰੀ ਕਰਦੇ ਨੇ, ਆਵਾਜ਼ਾਂ ਕੱਢਦੇ ਨੇ ਅਤੇ ਜੋ ਹੈ ਹਸਾ ਕੇ ਜਿਹੜੇ ਉਹਨਾਂ ਦੇ ਗ੍ਰਾਹਕ ਨੇ ਜਿਹੜੇ ਉਹ ਇਮਲੀ ਦੇ ਗੋਲੇ ਅਤੇ ਉਹ ਜਿਹੜੇ ਠੰਡੀਆਂ ਚੀਜ਼ਾਂ ਵੇਚਦੇ ਨੇ ਉਹਨਾਂ ਨੂੰ ਹਸਾਉਣ ਦੇ ਨਾਲ ਨਾਲ ਸਵਾਦ ਦਾ ਜਿਹੜਾ ਉਹ ਵੀ ਤੜਕਾ ਲਾਉਂਦੇ ਨੇ। ਗੱਲਬਾਤ ਕਰਾਂਗੇ ਲੱਕੀ ਜੀ ਨਾਲ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਇੱਥੇ ਇੱਕ ਰੇਹੜੀ ਲਗਾਈ ਗਈ ਹੈ, ਕਾਰਟ ਲਗਾਈ ਗਈ ਹੈ ਜਿੱਥੇ ਉਹਨਾਂ ਵੱਲੋਂ ਬਰਫ਼ ਦੇ ਗੋਲੇ ਜਿਹੜੇ ਨੇ ਵੇਚੇ ਜਾਂਦੇ ਨੇ, ਹੋਰ ਵੀ ਕਈ ਚੀਜ਼ਾਂ ਵੇਚੇ ਜਾਂਦੇ ਨੇ। ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਦਾ ਸਵਾਦ ਜਿਹੜੇ ਨੇ ਉਹ ਲੋਕਾਂ ਨੂੰ ਦੇ ਰਹੇ ਨੇ। ਲੱਕੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਹਿਮਤ ਅਤੇ ਸੁਰਕਾਬ ਟੀਵੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਪੈਸ਼ਲ ਇੰਨੀ ਦੂਰੋਂ ਆਏ ਸਾਡੇ ਕੋਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਤਾਂ ਕਮਾਲ ਕੀਤਾ ਹੋਇਆ, ਤੁਹਾਡੀ ਫਿਲਮ ਜਿਹੜੀ ਹੈ ਹੁਣ ਜਿਹੜੀ ਆਈ ਹੈ ਸ਼ਾਇਰ ਫਿਲਮ ਆ ਗਈ ਹੈ, ਵੱਡੇ ਕਲਾਕਾਰਾਂ ਦੇ ਨਾਲ ਤੁਸੀਂ ਲਗਾਤਾਰ ਜੋ ਹੈ ਵੱਡੇ ਪਰਦੇ 'ਤੇ ਨਜ਼ਰ ਆ ਰਹੇ ਹੋ ਅਤੇ ਇੱਧਰ ਜਿਹੜਾ ਸਵਾਦ ਦੇ ਨਾਲ ਨਾਲ ਲੋਕਾਂ ਦੇ ਹਸਾ ਕੇ ਜਿਹੜੇ ਨੇ ਉਹਨਾਂ ਦਾ ਮਨੋਰੰਜਨ ਇੱਥੇ ਆਪਣੀ ਰੇਹੜੀ 'ਤੇ ਵੀ ਕਰਦੇ ਹੋ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਹੁੰਦਾ ਕਿ ਬੰਦਾ ਧੰਨਵਾਦ ਕਰਦਾ, ਇੱਕ ਮੈਂ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਕਿ ਜਿਹੜੀ ਸੋਸ਼ਲ ਮੀਡੀਆ ਰਾਹੀਂ ਤੁਸੀਂ ਲੋਕਾਂ ਨੇ ਮੈਨੂੰ ਮਤਲਬ ਕਿ ਇੰਨਾ ਹਾਈਲਾਈਟ ਕਰ ਦਿੱਤਾ ਹੈ ਕਿ ਅੱਜ ਮੈਂ ਅਗਰ ਔਨ ਰੋਡ 'ਤੇ ਕਿਤੇ ਵੀ ਜਾਂਦਾ ਕੋਈ ਕੰਮ ਜਾਂ ਕੋਈ ਸਮਾਨ ਲੈਣ ਵੀ ਜਾਂਦਾ ਅਤੇ ਅਗਲੇ ਮੈਨੂੰ ਦੁਕਾਨ ਦੇ ਅੰਦਰ ਬਿਠਾ ਕੇ ਠੰਡਾ ਠੁੰਡਾ ਪਿਲਾਉਂਦੇ ਨੇ, ਮਤਲਬ ਉਹ ਇੱਜ਼ਤ ਭਾਵ ਦਿੰਦੇ ਨੇ ਕਿ ਇੱਕ ਮੈਂ ਸੋਚ ਵੀ ਨਹੀਂ ਸਕਦਾ ਕਿ ਜਿੱਦਾਂ ਹੁਣ ਮੈਂ ਇੱਕ ਕਾਰਟ ਲਗਾਉਣਾ, ਇੱਕ ਰੇਹੜੀ ਲਗਾਉਣਾ, ਉਹਨਾਂ ਦੇ ਮਾਇੰਡ 'ਚ ਇਹ ਥਿੰਕਿੰਗ ਨਹੀਂ ਆਉਂਦੀ ਕਿ ਬੰਦਾ ਕਾਰਟ ਲਗਾਉਂਦਾ, ਉਹ ਮੈਨੂੰ ਵੀ ਮਤਲਬ ਇੱਕ ਸਟਾਰ ਟਾਈਪ ਹੀ ਸਮਝਦੇ ਨੇ ਕਿ ਬੰਦਾ ਬਹੁਤ ਵੱਡਾ। ਸਟਾਰ ਤਾਂ ਤੁਸੀਂ ਵੈਸੇ ਹੀ ਬਣ ਚੁੱਕੇ ਹੋ, ਸਟਾਰਾਂ ਦੇ ਨਾਲ ਕੰਮ ਕਰ ਰਹੇ ਹੋ, ਸਟਾਰ ਤਾਂ ਵੈਸੇ ਹੀ ਹੋ ਤੁਸੀਂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਲੱਕੀ ਜੀ, ਜਦੋਂ ਤੁਸੀਂ ਦੱਸ ਰਹੇ ਹੋ ਦੁਕਾਨ 'ਤੇ ਸਮਾਨ ਲੈਣ ਜਾਂਦੇ ਹੋ ਅਤੇ ਕਹਿੰਦੇ ਨਹੀਂ ਦੁਕਾਨਦਾਰ ਕਿ ਬਈ ਲੱਕੀ ਜੀ ਥੋੜ੍ਹਾ ਡਾਇਲੋਗ ਹੀ ਸੁਣਾ ਦਿਓ ਕੋਈ। ਭਾਅ ਜੀ, ਬਹੁਤ ਮੋਦੀ ਦੀ ਆਵਾਜ਼ ਦੇ ਬਹੁਤ ਫੈਨ ਹੈਗੇ ਨੇ ਲੋਕੀ, ਕਹਿੰਦੇ ਤੁਸੀਂ ਜਦੋਂ ਮੋਦੀ ਦੀ ਆਵਾਜ਼ ਕਰਦੇ ਹੋ ਤਾਂ ਬਿਲਕੁਲ ਲੈਣ ਲੱਗਦਾ ਕਿ ਅੱਖਾਂ ਬੰਦ ਕਰੀ ਤਾਂ ਇੱਦਾਂ ਲੱਗਦਾ ਮੋਦੀ ਸਾਹਿਬ ਕੋਲ ਬੈਠੇ ਹੋਏ ਨੇ ਅਤੇ ਮੋਦੀ ਸਾਹਿਬ ਦਾ ਇੱਕ ਅਲੱਗ ਹੀ ਅੰਦਾਜ਼ ਹੈਗਾ ਬੋਲਣ ਦਾ। ਬਿਲਕੁਲ, ਅਸੀਂ ਪਹਿਲਾਂ ਇਹ ਚਾਹਾਂਗੇ ਕਿਉਂਕਿ ਦਰਸ਼ਕ ਸਾਡੇ ਜਿਹੜੇ ਨੇ ਵਾਂਝੇ ਰਹਿ ਗਏ ਨੇ ਤੁਹਾਡੀ ਆਵਾਜ਼ ਤੋਂ ਜਾਂ ਮੋਦੀ ਸਾਹਿਬ ਦੀ ਜਿਹੜੀ ਆਵਾਜ਼ ਤੁਸੀਂ ਕੱਢਦੇ ਹੋ ਤਾਂ ਸ਼ੁਰੂਆਤ ਹੀ ਉੱਥੋਂ ਕਰਦੇ। ਬਿਲਕੁਲ ਜੀ, ਸ਼ੁਰੂਆਤ ਆਪਾਂ ਉੱਥੋਂ ਕਰ ਦਿੰਦੇ ਹਾਂ। ਲਓ ਜੀ, ਮੋਦੀ ਸਾਹਿਬ ਆ ਰਹੇ ਨੇ। ਭਾਈਓ ਬਹਿਨੋ, ਆਜ ਮੈਂ ਆਪਕੇ ਲਈ ਬੁਰੀ ਖਬਰ ਲਾਇਆ ਹੂੰ। ਆਪਕੋ ਨਿਰਾਸ਼ਾ ਹੋਗੀ, ਤਕਲੀਫ ਵੀ ਹੋਗੀ, ਲੇਕਿਨ ਸਹਿਨ ਵੀ ਆਪਕੋ ਕਰਨਾ ਪੜੇਗਾ। ਭਾਈਓ ਬਹਿਨੋ, ਆਜ ਰਾਤ 8 ਵਜੇ ਕੇ ਬਾਅਦ, ਘਬਰਾਈਏ ਨਹੀਂ, ਕੁਝ ਬਦਲਨੇ ਵਾਲਾ ਨਹੀਂ ਹੈ। ਆਜ ਰਾਤ 8 ਵਜੇ ਕੇ ਬਾਅਦ ਗੋਲੇ ਨਹੀਂ ਮਿਲੇਂਗੇ, ਆਜ ਰਾਤ 8 ਵਜੇ ਕੇ ਬਾਅਦ ਆਪਕੋ ਇਮਲੀ ਵਾਲੇ ਗੋਲੇ ਮਿਲੇਂਗੇ। ਭਾਈਓ ਬਹਿਨੋ, ਉਹ ਵੀ ਲੱਕੀ ਜੀ ਦੇ ਸਪੈਸ਼ਲ ਵਾਲੇ ਹਨ। ਲੱਕੀ ਜੀ, ਚਲੋ ਗੱਲਬਾਤ ਕਰਦੇ, ਦੌਰ ਜਾਰੀ ਰਹੇਗਾ, ਕੀ ਚੀਜ਼ਾਂ ਤੁਸੀਂ ਖਾਸ ਤੌਰ 'ਤੇ ਇੱਥੇ ਵੇਚ ਰਹੇ ਹੋ? ਮੈਂ ਭਾਅ ਜੀ, ਮੇਰੇ ਕੋਲ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ, ਲੈਮਨ ਸੋਡਾ, ਦੋ ਸੋਡਾ, ਮਿਲਕਸ਼ੇਕ, ਮਜੀਟੋ, ਮੋਕਟਲਸ, ਕੋਲਡ ਕੌਫੀ, ਰਬੜੀ ਫਲੂਦਾ, ਬਰਫ਼ ਦਾ ਗੋਲਾ, ਉਹਦੇ 'ਚ ਵਰਾਇਟੀਆਂ ਨੇ, ਇੰਨੀਆਂ ਕੁ ਵਰਾਇਟੀਆਂ ਨੇ। ਅਗਰ ਕੋਈ ਵੀ ਇਨਸਾਨ ਅਗਰ ਰੋਜ਼ ਆ ਕੇ ਖਾਣਾ ਸਟਾਰਟ ਕਰੇ ਤਾਂ ਮੇਰੇ ਖਿਆਲ ਨਾਲ ਇੱਕ ਡੇਢ ਮਹੀਨਾ ਲੱਗ ਜਾਏਗਾ ਵਰਾਇਟੀਆਂ ਪੂਰੀ ਹੁੰਦੇ ਹੁੰਦੇ। ਅੱਛਾ, ਹਾਂਜੀ, ਮਤਲਬ ਗਰਮੀ ਵਿੱਚ ਪੂਰੀ ਠੰਡ ਪਾਓਗੇ ਪੂਰੀ? ਭਾਅ ਜੀ, ਕੋਸ਼ਿਸ਼ ਕਰੀ ਦੀਏ ਲੋਕਾਂ ਨੂੰ ਸਵਾਦ ਦੇ ਨਾਲ ਕੁਆਲਿਟੀ ਵੀ ਦਈਏ, ਹਰ ਇੱਕ ਚੀਜ਼ ਦੇ 'ਚ ਕੋਈ ਨਾ ਕੋਈ ਅਲੱਗ ਜਿਹੀ ਕੁਆਲਿਟੀ ਦੇ ਤਾਂ ਕਿ ਅਗਲਾ ਖੁਸ਼ ਹੋਵੇ। ਜਿੱਦਾਂ ਕਿ ਆਪਾਂ ਸੋਡਾ ਬ੍ਰਾਂਡ ਦਾ ਯੂਜ਼ ਕਰਦੇ ਹਾਂ, ਮੈਪਰੋ ਦੇ ਸਿਰਪ ਯੂਜ਼ ਕਰਦੇ ਹਾਂ, ਬੋਨਵੀਟਾ ਸ਼ੇਕ ਬਣਾਉਂਦੇ ਹਾਂ, ਹੋਰ ਵੀ ਜਿੰਨਾ ਸਮਾਨ ਹੈਗਾ, ਮੋਸਟਲੀ ਜਿਹੜੀ ਆਈਸ ਵੀ ਯੂਜ਼ ਕਰੀ ਦੀ ਉਹ ਵੀ ਫਿਲਟਰ ਆਈਸ ਮੰਗਵਾਈ ਦੀ ਹੈ, ਮਤਲਬ ਉਹ ਕੁਆਲਿਟੀ ਆਮ ਵਾਲੀ ਬਰਫ਼ ਨਹੀਂ ਹੈਗੀ? ਨਹੀਂ ਨਹੀਂ, ਆਮ ਵਾਲੀ ਨਹੀਂ, ਹਰ ਇੱਕ ਚੀਜ਼ ਦਾ ਪੂਰਾ ਖਿਆਲ ਰੱਖੀਦਾ, ਮਤਲਬ ਸਿਹਤ ਦਾ, ਲੋਕਾਂ ਦੀ ਸਿਹਤ ਦਾ ਪੂਰਾ ਖਿਆਲ ਕਰ ਰਹੇ ਹੋ ਪੂਰਾ, ਇਹ ਤੋਂ ਲੈ ਕੇ ਕੋਸ਼ਿਸ਼ ਕਰੀ ਦੀ ਜਿੰਨਾ ਵੱਧ ਤੋਂ ਵੱਧ ਕਰ ਸਕੀਏ
ਮਤਲਬ ਕਿ ਚਾਸਨੀ ਵੀ ਜਿਹੜੀ ਪਾਈ ਦੀ ਇਹਦੇ ਵਿੱਚ ਅਤੇ ਆਪਾਂ ਆਹ ਦੇਖੋ ਗੁੜ ਔਰ ਚੀਨੀ ਦੇ ਘੋਲ ਵਾਲੀ ਚਾਸਨੀ ਬਣਾਈ ਉਬਾਲੀ ਦੀ ਉਹਨੂੰ ਉਬਾਇਲ ਕਰਕੇ ਫਿਰ ਬਣਾਈ ਦੀ ਹੈ ਉਹ ਚੀਜ਼ ਪਾਈ ਦੀ ਆਪਾਂ ਤਾਂ ਕਿ ਕੋਸ਼ਿਸ਼ ਕਰੀਏ ਕਿ ਬਹੁਤ ਅਗਲੇ ਨੂੰ ਹਾਈ ਕੁਆਲਿਟੀ ਦੇ ਸਕੀਏ ਲੱਕੀ ਜੀ ਤੁਹਾਡੀ ਵੀਡੀਓ ਬਹੁਤ ਵਾਇਰਲ ਹੋ ਚੁੱਕੀਆਂ ਨੇ ਲੋਕ ਦੇਖਦੇ ਨੇ ਤੁਸੀਂ ਡਾਇਲੋਗ ਵਗੈਰਾ ਬੋਲਦੇ ਹੋ ਜਦੋਂ ਇੱਥੇ ਆਉਂਦੇ ਨੇ ਗ੍ਰਾਹਕ ਜਿਹੜੇ ਆਉਂਦੇ ਨੇ ਸੋਡਾ ਪੀਣ ਜਾਂ ਕੁਝ ਹੋਰ ਖਾਣ ਪੀਣ ਅਤੇ ਉਹ ਵੀ ਕਹਿੰਦੇ ਫਰਮਾਇਸ਼ ਕਰਦੇ ਹੋਣਗੇ ਕਿ ਲੱਕੀ ਜੀ ਕੋਈ ਡਾਇਲੋਗ ਹੀ ਸੁਣਾ ਦਿਓ ਕੱਲ੍ਹ ਜਿਹੜਾ ਦੌਰ ਚੱਲ ਰਿਹਾ ਅੱਜ ਹੁਣੇ ਇੱਕ ਰੀਸੈਂਟਲੀ ਇੱਕ ਫੈਮਿਲੀ ਆਈ ਸੀ ਮੇਰੇ ਕੋਲ ਅਤੇ ਕਹਿੰਦੇ ਅਸੀਂ ਸਤਿੰਦਰ ਸਰਤਾਜ ਦੀ ਮੂਵੀ ਦੇਖ ਕੇ ਆਏ ਹਾਂ ਅਤੇ ਉਹਦੇ 'ਚ ਮੇਰੇ ਬੇਟੇ ਨੇ ਕਹਿੰਦੇ ਤੁਹਾਨੂੰ ਪਹਿਚਾਣ ਲਿਆ ਕਹਿੰਦੇ ਉਹ ਦੇਖੋ ਲੱਕੀ ਖੜਾ ਸਾਹਮਣੇ ਮੂਵੀ 'ਚ ਪਰ ਕੋਈ ਖੁਸ਼ੀ ਹੋਈ ਫਿਰ ਭਾਅ ਜੀ ਬਹੁਤ ਖੁਸ਼ੀ ਹੈ ਮਤਲਬ ਕਿ ਫੈਮਿਲੀ ਆ ਕੇ ਮੈਨੂੰ ਕਹਿ ਰਹੀ ਹੈ ਇੱਦਾਂ ਦੇ ਵਰਡ ਕਹਿ ਰਹੀ ਹੈ ਕਿ ਲੱਕੀ ਭਾਅ ਜੀ ਤੁਸੀਂ ਸਤਿੰਦਰ ਸਰਤਾਜ ਦੀ ਮੂਵੀ 'ਚ ਆਏ ਹੋ ਅਤੇ ਮੇਰੇ ਵਾਸਤੇ ਤਾਂ ਬਿਲਕੁਲ ਅਨਐਕਸਪੈਕਟਿਡ ਸੀਗਾ ਜਦੋਂ ਮਤਲਬ ਕਿ ਮੈਨੂੰ ਕਾਲ ਆਈ ਕਿ ਲੱਕੀ ਜੀ ਕੱਲ੍ਹ ਫਿਲਮ ਦਾ ਸ਼ੂਟ ਹੈਗਾ ਅਤੇ ਤੁਸੀਂ ਆਉਣਾ ਹੈਗਾ ਅਤੇ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਮੈਂ ਸਤਿੰਦਰ ਸਰਤਾਜ ਜੀ ਦੀ ਮੂਵੀ ਦੇ ਵਿੱਚ ਕੰਮ ਕਰਨ ਚੱਲਿਆ ਕਿਉਂਕਿ ਅੱਗੇ ਵੀ ਫੋਨ ਕਰਦੇ ਰਹਿੰਦੇ ਕਦੀ ਗਾਣੇ 'ਚ ਕਦੀ ਸ਼ਾਰਟ ਮੂਵੀ 'ਚ ਅਤੇ ਇੱਦਾਂ ਦੀ ਕਾਲਸ ਆਉਂਦੀਆਂ ਰਹਿੰਦੀਆਂ ਨੇ ਅਤੇ ਮੈਂ ਜਾਂਦਾ ਰਹਿੰਦਾ ਉੱਥੇ ਜਦੋਂ ਮੈਂ ਗਿਆ ਅਤੇ ਆਪਣਾ ਇਹਨਾਂ ਨੇ ਮੈਨੂੰ ਕੋਸਟਿਊਮ ਦਿੱਤੀ ਢਿੱਲੇ ਕੱਪੜੇ ਢਿੱਲੇ ਕੋਟ ਪੈਂਟ ਢਿੱਲੀਆਂ ਪੈਂਟਾਂ ਅਤੇ ਪੱਗ ਵੀ ਉਹ 90 ਦੇ ਦਸ਼ਕ ਦੀ ਪੱਗ ਬਣਤੀ ਮੇਰੀ ਰੋਲ ਕੀ ਹੈ ਤੁਹਾਡਾ ਰੋਲ ਭਾਅ ਜੀ ਦੇਖੋ ਮੇਰਾ ਜਿਹੜਾ ਰੋਲ ਹੈਗਾ ਦੋ ਸੀਨ ਤਾਂ ਮੇਰੇ ਹੈਗੇ ਕਰਾਊਡ ਦੇ ਵਿੱਚ ਔਰ ਇੱਕ ਸੀਨ ਹੈਗਾ ਆਪਣਾ ਜਦੋਂ ਫੈਮਿਲੀ ਦੇ ਵਿੱਚ ਆਪਣਾ ਸਾਰੇ ਮਤਲਬ ਮਾਹੌਲ ਬਣਿਆ ਹੁੰਦਾ ਪਿੰਡ ਦਾ ਮਾਹੌਲ ਹੈ ਛਾਤੇ 'ਚ ਅਸੀਂ ਖੜ੍ਹੇ ਹੁੰਦੇ ਹਾਂ ਅਤੇ ਮਾਹੌਲ ਪੂਰਾ ਗਰਮ ਹੋਇਆ ਹੁੰਦਾ ਉਦੋਂ ਸਤਿੰਦਰ ਸਰਤਾਜ ਦੀ ਅਚਾਨਕ ਐਂਟਰੀ ਹੁੰਦੀ ਹੈ ਉਹ ਫਿਰ ਸ਼ੇਰੋ ਸ਼ਾਇਰੀ ਬੋਲਦੇ ਆ ਅਤੇ ਉਹਦੇ ਵਿੱਚ ਮਤਲਬ ਉਸ ਤੋਂ ਬਾਅਦ ਉਹਦੇ 'ਚ ਸਾਡੀ ਗੱਲਬਾਤ ਹੁੰਦੀ ਹੈ ਆਪਸ ਵਿੱਚ ਸਾਰਿਆਂ ਦੀ ਅਤੇ ਔਰ ਇੱਕ ਮੇਰਾ ਰੋਲ ਹੈਗਾ ਜਦੋਂ ਸਟੇਜ 'ਤੇ ਉਹ ਸ਼ੇਰੋ ਸ਼ਾਇਰੀ ਬੋਲਦੇ ਆ ਅਤੇ ਮੈਨੂੰ ਬਿਲਕੁਲ ਫਰੰਟ 'ਤੇ ਬਿਠਾਇਆ ਗਿਆ ਸੀਗਾ ਅਤੇ ਕਹਿੰਦੇ ਸੀ ਜਦੋਂ ਸ਼ੇਰੋ ਸ਼ਾਇਰੀ ਬੋਲਣ ਤਾਂ ਤੁਸੀਂ ਉਹਨਾਂ ਦੀ ਸ਼ੇਰੋ ਸ਼ਾਇਰੀ ਰਿਪੀਟ ਕਰਕੇ ਉੱਚੀ ਉੱਚੀ ਵਾਹ ਵਾਹ ਕਰਨੀ ਹੈ ਅਤੇ ਉਹ ਮੇਰਾ ਸੀਨ ਸੀਗਾ ਜੀ ਮਤਲਬ ਕਿ ਸਰਤਾਜ ਦੀ ਵਾਹ ਵਾਹ ਕਰਦੇ ਤੁਸੀਂ ਆਪਣੀ ਵਾਹ ਵਾਹ ਕਰਵਾ ਲਈ ਨਹੀਂ ਜੀ ਦੇਖੋ ਇਹ ਮੈਂ ਖੁਦ ਹੈਰਾਨ ਹਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਅਜੇ ਕਿਸੇ ਨੂੰ ਸ਼ੋਅ ਵੀ ਨਹੀਂ ਕੀਤਾ ਸੀਗਾ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਭਾਅ ਜੀ ਕਿ ਮਤਲਬ ਮੈਂ ਇੱਦਾਂ ਦਾ ਸਰਤਾਜ ਸਰ ਜੀ ਨਾਲ ਮੂਵੀ ਕਰਕੇ ਆਇਆ ਹਾਂ ਜਾਂ ਦਲਜੀਤ ਦੋਸਾਂਝ ਜੀ ਦੇ ਫਿਲਮ ਜੱਟ ਐਂਡ ਜੂਲੀਅਟ ਗਾਣੇ ਦੇ ਵਿੱਚ ਮੇਰਾ ਰੋਲ ਹੈਗਾ ਮੈਂ ਕਿਸੇ ਨੂੰ ਦੱਸਿਆ ਨਹੀਂ ਸੀਗਾ ਇੱਕ ਦਲਜੀਤ ਦੋਸਾਂਝ ਦੇ ਨਾਲ ਵੀ ਤੁਹਾਡੀ ਦਲਜੀਤ ਦੋਸਾਂਝ ਜਿਹੜੀ ਜੱਟ ਐਂਡ ਜੂਲੀਅਟ 3 ਆਉਣੀ ਹੈ ਉਹਦੇ ਗਾਣੇ 'ਚ ਰੋਲ ਹੈਗਾ ਦਲਜੀਤ ਦੋਸਾਂਝ ਜੀ ਦੇ ਨਾਲ ਆਪਾਂ ਨੱਚਦੇ ਟੱਪਦੇ ਪਏ ਹਾਂ ਅਤੇ ਉਹ ਸੀਨ ਹੈਗਾ ਆਪਣਾ ਉਹਦੇ ਵਿੱਚ ਅਤੇ ਉਹਨਾਂ ਨਾਲ ਵੀ ਮਿਲ ਕੇ ਬੜਾ ਮਤਲਬ ਪ੍ਰਾਊਡ ਫੀਲ ਹੋਇਆ ਹੈ ਕਿਉਂਕਿ ਉਹਨਾਂ ਦੇ ਨਾ ਮਤਲਬ ਅਸੀਂ ਛੋਟਾ ਜਿਹਾ ਇੱਕ ਸ਼ੋਟ ਅਸੀਂ ਦੇਖਿਆ ਹੈ ਨਾ ਅਤੇ ਉਹਨਾਂ ਦੇ ਬੌਂਸਰ ਜਿਹੜੇ ਸੀਗੇ ਉਹਨਾਂ ਨੇ ਮੈਨੂੰ ਆਵਾਜ਼ ਮਾਲਿਕ ਬੌਂਸਰ ਨੇ ਅਤੇ ਕਹਿੰਦੇ ਕਹਿੰਦੇ ਗੱਲ ਸੁਣਿਆ ਮੈਂ ਕਿ ਹਾਂਜੀ ਸਰ ਜੀ ਦੱਸੋ ਕਹਿੰਦੇ ਕਿ ਲੁਧਿਆਣੇ ਰਹਿੰਦਾ ਮੈਂ ਕਿ ਹਾਂਜੀ ਲੁਧਿਆਣੇ ਰਹਿੰਦਾ ਜੀ ਕਹਿੰਦੇ ਗੋਲੀ ਵੇਚਦਾ ਮੈਂ ਕਿ ਹਾਂਜੀ ਗੋਲੀ ਵੇਚਦਾ ਜੀ ਕਹਿੰਦੇ ਤੇਰੀ ਬੜੀ ਵੀਡੀਓ ਦੇਖਦੇ ਆ ਅੰਜਲੀ ਕਰਕੇ ਬੋਲਦਾ ਹੁੰਦਾ ਜਿਹੜੀ ਕਹਿੰਦੇ ਬੜੇ ਖੁਸ਼ ਹੁੰਦੇ ਆ ਕਹਿੰਦੇ ਭਾਅ ਜੀ ਵੀ ਬੜੀ ਦੇਖਦੇ ਹੁੰਦੇ ਆ ਕਹਿੰਦਾ ਚੱਲ ਭਾਅ ਜੀ ਨਾਲ ਮਿਲਵਾ ਕੇ ਲਿਆਉਣਾ ਫਿਰ ਭਾਅ ਜੀ ਨਾਲ ਉਹਨੇ ਮਿਲਵਾਇਆ ਅਤੇ ਕਹਿੰਦਾ ਭਾਅ ਜੀ ਉਹੀ ਮੁੰਡਾ ਹੈਗਾ ਜਿਹੜਾ ਲੁਧਿਆਣੇ ਦੇ ਗੋਲੇ ਅੰਜਲੀ ਕਰਕੇ ਵੇਚਦਾ ਉਹ ਭਾਅ ਜੀ ਮੈਂ ਹੈਰਾਨ ਹੋ ਗਿਆ ਕਿ ਦਲਜੀਤ ਦੋਸਾਂਝ ਵਰਗਾ ਇੱਕ ਐਸਾ ਪ੍ਰਾਊਡ ਮਤਲਬ ਇੱਕ ਅੰਦਰੋਂ ਪ੍ਰਾਊਡ ਨਿਕਲਦਾ ਉਹਦੇ ਵਾਸਤੇ ਜਿਹੜਾ ਅੰਬਾਨੀਆਂ ਦੇ ਵਿਆਹ ਦੇ ਵਿੱਚ ਮਤਲਬ ਐਸਾ ਨਾਮ ਕਹਿਆ ਹਾਂਜੀ ਹਾਂਜੀ ਅਤੇ ਉਹ ਪਰਸਨ ਮੈਨੂੰ ਜੱਫੀ ਪਾ ਕੇ ਮਿਲਦਾ ਪਿਆ ਭਾਅ ਜੀ ਮੈਂ ਹੈਰਾਨ ਕਿ ਮੈਂ ਕੁਛ ਵੀ ਨਹੀਂ ਜ਼ੀਰੋ ਬਿਲਕੁਲ ਪਰਸਨ ਹੈਗਾ ਜੱਫੀ ਪਾ ਕੇ ਮਿਲਿਆ ਕਹਿੰਦਾ ਹੋਰ ਠੀਕ ਹੈ ਖੁਸ਼ ਹੈ ਮੈਂ ਕਿਹਾ ਹਾਂਜੀ ਖੁਸ਼ ਹੈ ਜੀ ਮੈਂ ਕਿਹਾ ਮੇਰੀ ਇੱਕ ਤਮੰਨਾ ਹੈਗੀ ਹੈ ਮੈਂ ਤੁਹਾਡੇ ਨਾਲ ਫੋਟੋ ਕਰਾ ਕੇ ਨਾ ਆਪਣੀ ਕਾਰਡ 'ਤੇ ਫੋਟੋ ਲਾਉਣਾ ਚਾਹੁੰਦਾ ਤੁਹਾਡੀ ਆਪਣੇ ਨਾਲ ਕਹਿੰਦੇ ਯਾਰ ਇਸ ਵੇਲੇ ਕੁਛ ਕੰਡੀਸ਼ਨਾਂ ਹੈਗੀਆਂ ਨਾ ਸਾਡੇ ਕੋਲ ਹਾਂ ਜਦੋਂ ਲੁਧਿਆਣੇ ਜ਼ਰੂਰ ਆਇਆ ਨਾ ਅਤੇ ਮੈਂ ਤੇਰੇ ਕੋਲ ਜ਼ਰੂਰ ਹੋ ਕੇ ਜਾਵਾਂ ਇਹ ਗੱਲ ਉਹਨਾਂ ਨੇ ਮਤਲਬ ਮੈਨੂੰ ਵੱਡੀ ਗੱਲ ਹੈ ਕਿ ਹਾਂਜੀ ਹਾਂਜੀ ਪੂਰਾ ਮਤਲਬ ਪਿਆਰ ਸਤਿਕਾਰ ਦਿੱਤਾ ਅਤੇ ਉਸ ਤੋਂ ਬਾਅਦ ਆਪਾਂ ਸ਼ੂਟ ਕਰਕੇ ਫਿਰ ਆਪਾਂ ਇੱਧਰ ਆ ਗਏ ਮਤਲਬ ਉਹ ਚੀਜ਼ਾਂ ਮਤਲਬ ਆਪਾਂ ਅਗਰ ਤੁਹਾਡੇ ਕੋਲ ਕਿਸੇ ਕੋਲ ਵੀ ਅਗਰ ਕੋਈ ਟੈਲੈਂਟ ਹੈਗਾ ਨਾ ਅਤੇ ਇੰਡਸਟਰੀਜ਼ ਵਾਲੇ ਵੀ ਤੁਹਾਡੀ ਹੈਲਪ ਜ਼ਰੂਰ ਕਰਦੇ ਮੈਂ ਇੱਜ਼ਤ ਮਾਨ ਕਰਦੇ ਪੂਰਾ ਇੱਜ਼ਤ ਮਾਨ ਅੰਜਲੀ ਜ਼ਰੂਰ ਇੱਕ ਵਾਰੀ ਪੇਸ਼ ਕਰ ਦਿਓ ਕਿਉਂਕਿ ਗ੍ਰਾਹਕ ਖੜ੍ਹੇ ਨੇ ਇੱਧਰ ਦੇਖ ਰਹੇ ਹਾਂ ਕਿ ਅੰਜਲੀ ਕੀ ਵੇਚ ਰਹੇ ਅੰਜਲੀ ਦੱਸੋ ਦੇਖੋ ਜੀ ਸੁਨੀਲ ਸ਼ੈਟੀ ਦਾ ਇੱਕ ਮੈਂ ਡਾਇਲੋਗ ਯੂਜ਼ ਕੀਤਾ ਸੀ ਆਪਣੇ ਗੋਲੇ ਵਾਸਤੇ
ਉਹਨਾਂ ਦਾ ਧੜਕਣ ਫਿਲਮ ਦਾ ਡਾਇਲੋਗ ਹੈਗਾ ਅੰਜਲ ਅੰਜਲ ਤੁਮ ਮੁਝੇ ਭੁੱਲ ਜਾਓ ਯਾ ਹੋ ਨਹੀਂ ਸਕਤਾ ਔਰ ਮੈਂ ਤੁਮੇ ਗੋਲਾ ਨਾ ਖਿਲਾਓ ਐਸਾ ਮੈਂ ਹੋਣੇ ਨਹੀਂ ਦੂੰਗਾ ਅੰਜਲ ਅੰਜਲ ਮੁਝੇ ਯਹ ਬਤਾਓ ਸਾਗਰ ਕੀ ਵੋਟੀ ਕਹਾਂ ਗਈ ਹੈ ਮੈਂ ਉਸੇ ਢੂੰਡ ਰਹਾ ਹੂੰ ਅੰਜਲ ਉਸਕੇ ਐਂਡ ਕਾ ਕੋ ਮੈਨੇ ਪੈਂਚਰ ਕਰਨਾ ਹੈ ਮੇਰੇ ਪਾਸ ਲੈ ਕੇ ਆਓ ਮੈਨੇ ਗੋਲਾ ਖਿਲਾਇਆ ਅੰਜਲ ਔਰ ਕਿੰਨੇ ਕਿੰਨੇ ਕਲਾਕਾਰਾਂ ਦੀ ਤੁਸੀਂ ਮਿਮਿਕਰੀ ਬਹੁਤ ਸਾਰੇ ਕਲਾਕਾਰ ਹੈਗੇ ਅਮਰੀਸ਼ ਪੁਰੀ ਦਾ ਕਲਾ ਅੰਦਾਜ਼ ਹੈਗਾ ਅਰੇ ਬਈ ਯਹਾਂ ਪੇ ਤੋ ਸਭੀ ਦਿਲ ਜਲੇ ਹੈ ਲੇਕਿਨ ਗੋਲਾ ਖਾ ਕੇ ਹੀ ਠੰਡ ਪੜੇਗੀ ਅਰੇ ਗੋਲਾ ਤੋ ਸਿਮਰਨ ਨੇ ਵੀ ਖਾਇਆ ਤਾ ਜੋ ਆਪਣਾ ਸਿਮ ਤੋੜ ਕੇ ਰਨ ਹੋ ਗਈ ਸਾਗਰ ਦੀ ਵੋਟੀ ਕਿੱਧਰ ਚਲੇਗੀ ਸਾਗਰ ਦੀ ਵੋਟੀ ਤੋਂ ਤੁਹਾਡੇ ਕੋਲ ਆਏਗੀ ਜੀ ਨਿਊਜ਼ ਕਰਾਉਣਾ ਕਿੰਨਾ ਕੁ ਗ੍ਰਾਹਕਾਂ ਦਾ ਪਿਆਰ ਮਿਲਦਾ ਕਿਉਂਕਿ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਇੱਥੇ ਮੈਨੂੰ ਕਾਫੀ ਟਾਈਮ ਹੋ ਗਿਆ ਜੀ ਮੈਂ 10.5 ਸਾਲ ਦਾ ਸੀਗਾ ਉਦੋਂ ਤੋਂ ਮੈਂ ਆਪਣਾ ਕੰਮ ਕਰਦਾ ਪਿਆ 10-10.5 ਸਾਲ ਦਾ ਸੀਗਾ ਕਿਉਂਕਿ ਮਜਬੂਰੀਆਂ ਐਸੀ ਸੀਗੀਆਂ ਕਿ ਇੱਕ ਟਾਈਮ ਐਸਾ ਸੀਗਾ ਕਿ ਜਦੋਂ ਸਾਡੇ ਕੋਲ ਸੌਣ ਵਾਸਤੇ ਮੰਜਾ ਬਿਸਤਰਾ ਕੁਛ ਵੀ ਨਹੀਂ ਹੁੰਦਾ 2 ਸਾਲ ਅਸੀਂ ਜ਼ਮੀਨ 'ਤੇ ਸੁੱਤੇ ਹਾਂ ਬਿਲਕੁਲ ਠੰਡ ਗਰਮੀ ਬਰਸਾਤ ਸਭ ਪੂਰਾ ਸੰਘਰਸ਼ ਕੀਤਾ ਲਾਈਫ ਸੰਘਰਸ਼ 10.5 ਸਾਲ ਦੀ ਏਜ 'ਚ ਮੈਂ ਰਿਕਸ਼ਾ ਵੀ ਚਲਾਇਆ 3 ਮਹੀਨੇ ਰਿਕਸ਼ਾ ਵੀ ਚਲਾਇਆ ਬਹੁਤ ਛੋਟਾ ਜਿਹਾ ਹੁੰਦਾ ਸੀਗਾ ਕਿਉਂਕਿ ਪਰਿਵਾਰ ਦੇ 'ਚ ਇੰਨੀ ਮਜਬੂਰੀਆਂ ਸੀਗੀਆਂ ਕਈ ਲੋਕ ਪੈਸੇ ਦਿੰਦੇ ਸੀ ਮੈਂ ਕਹਿੰਦਾ ਸੀ ਨਹੀਂ ਮੈਨੂੰ 1 ਕਿਲੋ ਦੁੱਧ ਲਿਆ ਕੇ ਦੇ ਦਿਓ ਘਰ ਵਾਸਤੇ ਇੱਦਾਂ ਦੇ ਵੀ ਟਾਈਮ ਸੀਗਾ ਮੇਰੇ ਕੋਲ ਅਤੇ ਅੱਜ ਰੱਬ ਦਾ ਦਿੱਤਾ ਇੰਨਾ ਹੈਗਾ ਕਿ ਚਲੋ ਹਾਂ ਆਪਣੇ ਘਰ ਦਾ ਸਰਕਲ ਸਹੀ ਚੱਲਦਾ ਪਿਆ ਲੋਕ ਇੱਜ਼ਤ ਮਾਣ ਪੂਰਾ ਕਰਦੇ ਆ ਔਰ ਤੁਸੀਂ ਬਿਲੀਵ ਨਹੀਂ ਕਰੋਗੇ ਭਾਈ ਸਾਹਿਬ ਕੋਲ ਬਿਲਕੁਲ ਸਾਹਮਣੇ ਖੜੇ ਭਾਈ ਸਾਹਿਬ ਕੋਲ ਟਾਈਮ ਨਹੀਂ ਹੁੰਦਾ ਲੇਕਿਨ ਮੇਰੇ ਕਰਕੇ 5-10 ਮਿੰਟ ਖੜ ਵੀ ਜਾਂਦੇ ਵੇਟ ਵੀ ਕਰ ਲੈਂਦੇ ਆ ਅਤੇ ਅੱਜ ਕੱਲ੍ਹ ਗੱਲ ਕਰੀਏ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਖਾਸ ਕਰਕੇ ਸਿੱਖ ਨੌਜਵਾਨ ਜਿਹੜੇ ਨੇ ਉਹ ਕੰਮ ਨਹੀਂ ਕਰਨਾ ਚਾਹੁੰਦੇ ਖਾਸ ਕਰਕੇ ਰੇੜੀਆਂ 'ਤੇ ਛੋਟੇ ਕਹਿੰਦੇ ਛੋਟਾ ਕੰਮ ਹੈ ਅਸੀਂ ਨਹੀਂ ਕਰਨਾ ਸਾਡੀ ਮਤਲਬ ਇੱਜ਼ਤ ਵਿੱਚ ਫਰਕ ਪਏਗਾ ਤੁਸੀਂ ਕਦੀ ਸੋਚਿਆ ਨਹੀਂ ਮੇਰੇ ਮਾਇੰਡ 'ਚ ਇੱਦਾਂ ਦੀ ਕੋਈ ਥਿੰਕਿੰਗ ਨਹੀਂ ਹੈ ਦੇਖੋ ਕੰਮ ਨੂੰ ਕੰਮ ਸਮਝਣਾ ਚਾਹੀਦਾ ਇਹ ਚੀਜ਼ ਮੇਰੇ 'ਤੇ ਵੀ ਲਾਗੂ ਹੋਈ ਹੈ ਮੈਂ ਤੁਹਾਨੂੰ ਦੱਸਾਂ ਕਿਉਂਕਿ ਜਦੋਂ ਇਨਸਾਨ ਦਾ ਕਿਤੇ ਵਿਆਹ ਕਰਨਾ ਹੁੰਦਾ ਨਾ ਤਾਂ ਸਭ ਤੋਂ ਪਹਿਲਾਂ ਉਹਦੇ ਕੋਲ ਇਹ ਪੁੱਛਿਆ ਜਾਂਦਾ ਕਿ ਮੁੰਡਾ ਕੰਮ ਕੀ ਕਰਦਾ ਔਰ ਮੇਰੇ ਨਾਲ ਵੀ ਇੱਦਾਂ ਹੀ ਹੋਇਆ ਕਿ ਬਹੁਤ ਵਾਰੀ ਰਿਸ਼ਤੇ ਆਏ ਜਾਂ ਲੋਕਾਂ ਨੇ ਪੁੱਛਿਆ ਵੀ ਕਹਿੰਦੇ ਮੁੰਡਾ ਕੰਮ ਕੀ ਕਰਦਾ ਕਹਿੰਦੇ ਰੇੜੀ ਲਗਾਉਂਦਾ ਜੀ ਉਹਦੇ ਕਰਕੇ ਮਤਲਬ ਕਿ ਨਾ ਹੋ ਜਾਂਦੀ ਇਹ ਲੋਕਾਂ ਦੇ ਮਾਇੰਡ 'ਚ ਥਿੰਕਿੰਗ ਹੈਗੀ ਹੈ ਸ਼ੋਰਟਸ ਹੈਗਾ ਲੇਕਿਨ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਅਗਰ ਤੁਹਾਡੇ ਘਰ ਦੇ ਖਰਚੇ ਸਹੀ ਚੱਲਦੇ ਆ ਤੁਸੀਂ ਆਪਣੇ ਘਰ ਨੂੰ ਬਿਲਕੁਲ ਇੱਕ ਵਧੀਆ ਤਰੀਕੇ ਨਾਲ ਉਹ ਕਰਦੇ ਪਏ ਹੋ ਖਰਚੇ ਚਲਾ ਰਹੇ ਹੋ ਤਾਂ ਤੁਸੀਂ ਸਭ ਤੋਂ ਵੱਡੇ ਹੀਰੇ ਹੈਗੇ ਹੋ ਲੇਕਿਨ ਅੱਜ ਦੀ ਡੇਟ 'ਚ ਤੁਸੀਂ ਦੇਖੋ 80-90% ਮੁੰਡੇ ਜਿਹੜੇ ਹੈਗੇ ਆ ਕਹਿਣਾ ਨਹੀਂ ਚਾਹੀਦਾ ਲੇਕਿਨ ਉਹ ਨਸ਼ੇ ਦੇ ਆਦੀ ਹੋ ਚੁੱਕੇ ਹੋਏ ਆ ਨਹੀਂ ਤਾਂ ਜਿਹੜੇ ਰਿਸ਼ਤੇ ਲੈ ਕੇ ਆਏ ਸੀ ਉਹ ਤਾਂ ਹੁਣ ਪਛਤਾ ਰਹੇ ਹੋਣਗੇ ਨਹੀਂ ਭਾਜੀ ਅਜੇ ਤੱਕ ਤਾਂ ਕੋਈ ਐਸੀ ਕੋਈ ਸੁਣਨ ਦੇ 'ਚ ਨਹੀਂ ਆਇਆ ਮੈਂ ਤਾਂ ਅਜੇ ਤੱਕ ਕੁਆਰਾ ਬੈਠਾ ਕੋਈ ਹੋਵੇ ਤਾਂ ਮੈਨੂੰ ਸਲਵੀਓ ਤੁਸੀਂ ਸਟਾਰ ਬਣ ਚੁੱਕੇ ਹੋਣਗੇ ਉਹਨੇ ਰਿਸ਼ਤੇ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਇਆ ਜਦੋਂ ਆਏਗਾ ਤਾਂ ਜ਼ਰੂਰ ਦੱਸਾਂਗੇ ਭਾਜੀ ਹੋਰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਸਾਡੇ ਕਿ ਕਿਸ ਤਰ੍ਹਾਂ ਦੇ ਪਿਆਰ ਚਾਹੀਦਾ ਦਰਸ਼ਕਾਂ ਨੂੰ ਦੇਖੋ ਦਰਸ਼ਕਾਂ ਨੂੰ ਇਹ ਕਹਾਂਗੇ ਕਿ ਤੁਸੀਂ ਸਾਰੇ ਜਣੇ ਆਪਣੀ ਵਿਸ਼ੇਸ ਆਪਣਾ ਆਸ਼ੀਰਵਾਦ ਦਿਓ ਤਾਂ ਕਿ ਤੁਹਾਡੇ ਆਸ਼ੀਰਵਾਦ ਸਦਕਾ ਹੀ ਆਪਾਂ ਹੋਰ ਅੱਗੇ ਵੱਧ ਸਕੀਏ ਕੋਸ਼ਿਸ਼ ਆਪਾਂ ਜਾਰੀ ਰੱਖੀ ਹੋਈ ਹੈ ਹਿੰਮਤ ਕਰਦੇ ਪਏ ਹਾਂ ਔਰ ਜਦੋਂ ਕੋਈ ਹੋਰ ਵਧੀਆ ਲੈਵਲ ਮਿਲੇਗਾ ਤਾਂ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤੁਹਾਨੂੰ ਮਿਲ ਕੇ ਵੀ ਜਾਵਾਂਗੇ ਔਰ ਇੱਥੇ ਤਾਂ ਆਪਾਂ ਰਹਿਣਾ ਤੁਸੀਂ ਜਦ ਮਰਜ਼ੀ ਆ ਕੇ ਮੈਨੂੰ ਮਿਲੋ ਤੁਹਾਡੇ ਨਾਲ ਆਪਾਂ ਵੀਡੀਓ ਵੀ ਬਣਾਵਾਂਗੇ ਰੀਲਾਂ ਵੀ ਬਣਾਵਾਂਗੇ ਜਿੱਦਾਂ ਤੁਸੀਂ ਕਹੋਗੇ ਮੈਂ ਸਾਰਾ ਕੁਝ ਕਰਨ ਵਾਸਤੇ ਤਿਆਰ ਹਾਂ ਥੋੜ੍ਹਾ ਐਡਰੈਸ ਵੀ ਦੱਸ ਦਿਓ ਜਿਹੜੇ ਲੋਕਾਂ ਨੂੰ ਨਹੀਂ ਪਤਾ ਘੱਟ ਤੋਂ ਘੱਟ ਉਹ ਇੱਥੇ ਤੁਹਾਡੇ ਕੋਲ ਪਹੁੰਚਣ ਤੁਹਾਡੇ ਇਮਲੀ ਦੇ ਕੋਲ ਜਿਹੜੇ ਤੁਸੀਂ ਤਿਆਰ ਕਰ ਰਹੇ ਹੋ ਖਾਸ ਤੌਰ 'ਤੇ ਹਾਂਜੀ ਜੀ ਅਤੇ ਉਹ ਜਦੋਂ ਖਾਣ ਪਹੁੰਚਣ ਬਿਲਕੁਲ ਜੀ ਇਹ ਇੱਥੇ ਦਾ ਐਡਰੈਸ ਹੈਗਾ ਲੁਧਿਆਣੇ ਦੇ ਵਿੱਚ ਆਰਿਆ ਕਾਲਜ KVM ਸਕੂਲ ਦੀ ਬੈਕ ਸਾਈਡ ਗੇਟ ਨੰਬਰ 6 ਦੇ ਕੋਲ ਮੈਂ ਖੜਦਾ ਹੈਗਾ ਅਤੇ ਸੰਡੇ ਵੀ ਆਉਣਾ ਹੈਗਾ ਹਰ ਦਿਨ ਆਉਣਾ ਸਵੇਰੇ 11:30-11 ਵਜੇ ਆ ਜਾਣਾ ਔਰ ਰਾਤ ਦੇ 8:30-8 ਵਜੇ ਤੱਕ ਇੱਥੇ ਹੀ ਆਉਣਾ ਚਾਹਾਂਗੇ ਜਾਂਦੇ ਜਾਂਦੇ ਇੱਕ ਦੋ ਡਾਇਲੋਗ ਜ਼ਰੂਰ ਹੋ ਜਾਣ ਇੱਕ ਡਾਇਲੋਗ ਜੀ ਇੱਕ ਮਿੰਟ ਮੈਨੂੰ ਦੇ ਦਿਓ ਬਸ ਮੈਂ ਗੋਲਾ ਪੈਕ ਕਰਦਾ ਇਹ ਤੁਸੀਂ ਦੇਖ ਸਕਦੇ ਇਮਲੀ ਵਾਲਾ ਗੋਲਾ ਬਣਦਾ ਪਿਆ ਇੱਕ ਵਾਰੀ ਇਮਲੀ ਵਾਲਾ ਗੋਲਾ ਜ਼ਰੂਰ ਟਰਾਈ ਕਰਿਓ ਤੁਸੀਂ ਵੀ ਯਾਦ ਕਰੋਗੇ
ਬਿਲਕੁਲ ਦਰਸ਼ਕੋ ਦੇਖ ਸਕਦੇ ਹੋ ਤੁਸੀਂ ਸਪੈਸ਼ਲ ਜਿਹੜਾ ਇਹਨਾਂ ਦਾ ਇਮਲੀ ਦਾ ਗੋਲਾ ਜਿਸਦਾ ਸਾਗਰ ਦੀ ਬੋਟੀ ਵੀ ਜਿਹੜੀ ਇੱਥੇ ਖਾਣ ਆਈ ਸੀ ਅਤੇ ਇਸ ਤਰ੍ਹਾਂ ਦਾ ਉਹ ਤਿਆਰ ਕੀਤੇ ਜਾ ਰਹੇ ਅਤੇ ਲਗਾਤਾਰ ਲੋਕ ਜਿਹੜੇ ਨੇ ਇੱਥੇ ਆ ਰਹੇ ਨੇ ਪੈਕ ਕਰਕੇ ਵੀ ਜੋ ਹੈ ਤੁਸੀਂ ਘਰ ਵੀ ਲਿਜਾ ਸਕਦੇ ਹੋ। ਭਾਅ ਜੀ ਨੇ ਕਿਹਾ ਸਾਗਰ ਦੀ ਬੋਟੀ ਖਾਣ ਆਈ ਸੀ, ਮੈਂ ਤੁਹਾਨੂੰ ਸੱਚਾਈ ਗੱਲ ਦੱਸਦਾ, ਕਪਿਲ ਨਾਈਟ ਜਿਹੜੇ ਤਬਲਾ ਵਜਾਉਂਦੇ ਸੀਗੇ ਸੁਰਿੰਦਰ ਜੀ, ਹਾਂ ਸੁਰਿੰਦਰ ਜੀ, ਉਹ ਮੇਰੇ ਕੋਲ ਇੱਥੇ ਆ ਕੇ ਆ ਗੋਲਾ ਖਾ ਕੇ ਗਏ ਆ, ਮੈਨੂੰ ਮਿਲ ਕੇ ਗਏ ਆ, ਬੈਸਟ ਵਿਸ਼ਿਸ ਦੇ ਕੇ ਗਏ ਆ, ਹੋਰ ਵੀ ਬਹੁਤ ਸਾਰੇ ਆਏ ਆ, ਉਹ ਮੈਂ ਨੈਕਸਟ ਟਾਈਮ ਤੁਹਾਨੂੰ ਨਾਮ ਦੱਸਾਂਗਾ ਹੋਰ ਵੀ ਕਿਹੜੇ ਕਿਹੜੇ ਐਕਟਰ ਮੇਰੇ ਕੋਲ ਆਏ ਆ, ਬਹੁਤ ਸਾਰੇ ਆਏ ਆ, ਮੈਨੂੰ ਮਿਲ ਕੇ ਜਾਂਦੇ ਆ, ਸ਼ੀਸ਼ਾ ਦੇ ਕੇ ਜਾਂਦੇ ਆ, ਦੁਆ ਕਰਕੇ ਜਾਂਦੇ ਆ ਕਿ ਹੋਰ ਤਰੱਕੀ ਕਰੋ, ਤੁਸੀਂ ਅਸੀਂ ਤੁਹਾਡੇ ਨਾਲ ਆ, ਜੇ ਕੋਈ ਚੀਜ਼ ਦੀ ਲੋੜ ਹੈ ਤਾਂ ਸਾਨੂੰ ਦੱਸਿਓ ਜ਼ਰੂਰ। ਲੱਕੀ ਜੀ ਤੁਸੀਂ ਦੱਸ ਰਹੇ ਹੋ ਕਿ ਸੁਰਿੰਦਰ ਜੀ ਤੁਹਾਡੇ ਕੋਲ ਆਏ ਸੀ ਇੱਥੇ ਤੁਹਾਡੀ ਰੇਹੜੀ 'ਤੇ, ਉਹਨਾਂ ਨਾਲ ਕਿਵੇਂ ਮਤਲਬ ਤੁਹਾਡਾ ਸੰਪਰਕ ਹੋਇਆ, ਕਿੱਦਾਂ ਗੱਲਬਾਤ ਹੋਈ? ਮੈਂ 2013 'ਚ ਨਾ ਕੋਮੇਡੀ ਸਰਕਸ 'ਚ ਆਡੀਸ਼ਨ ਦਿੱਤੇ ਸੀਗੇ, ਅਤੇ ਉਹਦੇ 'ਚ ਮੈਂ ਬਾਬਾ ਰਾਮਦੇਵ ਦਾ ਕਰੈਕਟਰ ਕੀਤਾ ਸੀਗਾ, ਅਤੇ ਉਹ ਮੈਂ ਸਿਲੈਕਟ ਹੋ ਗਿਆ ਸੀਗਾ ਉਹਦੇ 'ਚ, ਲੇਕਿਨ ਉਦੋਂ ਕਪਿਲ ਸ਼ਰਮਾ ਦਾ ਆਪਣਾ ਸ਼ੋਅ ਸਟਾਰਟ ਹੋ ਗਿਆ ਕੋਮੇਡੀ ਨਾਈਟ, ਅਤੇ ਉਹਦੇ ਵਿੱਚ ਫਿਰ ਸਾਰੇ ਸ਼ੋਅ ਦੀ TRP ਡਾਊਨ ਹੋ ਗਈ, ਜਿਹਦੇ ਕਰਕੇ ਥੋੜ੍ਹੇ ਬਹੁਤੇ ਲਿੰਕ ਬਣ ਗਏ ਸੀਗੇ, ਅਤੇ ਔਰ ਉਹਨਾਂ ਦੇ ਮਾਇੰਡ 'ਚ ਕਿਤੇ ਨਾ ਕਿਤੇ ਮੈਂ ਸਟ੍ਰਾਈਕ ਕਰਦਾ ਸੀਗਾ, ਜਦੋਂ ਉਹ ਚੰਡੀਗੜ੍ਹ ਆਏ ਤਾਂ ਉਹਨਾਂ ਦੇ ਮਾਇੰਡ 'ਚ ਆ ਕਿ ਨਹੀਂ ਲੱਕੀ ਨੂੰ ਆਪਾਂ ਮਿਲ ਕੇ ਆਈਏ, ਅਤੇ ਉਹ ਫਿਰ ਇੱਥੇ ਮੈਨੂੰ ਮਿਲਣ ਆਏ ਸੀਗੇ, ਔਰ ਇੱਥੇ ਮੇਰੇ ਕੋਲ ਕੋਈ ਸਿਟਿੰਗ ਹੈ ਨਹੀਂ, ਤੁਸੀਂ ਦੇਖ ਸਕੋ ਕੋਈ ਬੈਠਣ ਦਾ ਸਿਸਟਮ ਹੈ ਨਹੀਂ, ਉਹ ਮੇਰੇ ਕੋਲ 1.5-2 ਘੰਟੇ ਇੱਥੇ ਖੜ੍ਹੇ ਰਹੇ ਸੀ ਮੇਰਾ ਗੱਲਾਂ ਬਾਤਾਂ ਮਾਰ ਕੇ ਮਤਲਬ ਕਿ ਚੰਗੀ ਤਰੀਕੇ ਨਾਲ, ਅਤੇ ਜਿਹੜਾ ਆਪਾਂ ਰੋਲ ਕੀਤਾ ਸੀਗਾ ਬਾਬਾ ਰਾਮਦੇਵ ਵਾਲਾ, ਉਹਦੇ ਕਹਿ ਰਹੇ ਸੀ ਨਾ ਕੁਛ ਕਰਕੇ ਦਿਖਾਓ, ਅਤੇ ਬਾਬਾ ਰਾਮਦੇਵ ਦੀ ਯਾਦ ਆ ਗਈ, ਦੇਖੋ ਬਾਬਾ ਰਾਮਦੇਵ ਇੱਕ ਅਲੱਗ ਹੀ ਅੰਦਾਜ਼ ਹੈ, ਜ਼ਰੂਰ ਪੇਸ਼ ਕਰ ਦਿਓ ਫਿਰ, ਬਾਬਾ ਰਾਮਦੇਵ ਦਾ ਇੱਕ ਅਲੱਗ ਹੀ ਅੰਦਾਜ਼ ਹੈਗਾ, ਉਹ ਕਹਿੰਦੇ ਹਾਂ ਆਸਨ ਕਰਤੇ ਹੋ ਬੱਚਾ, ਆਸਨ ਕਰਨੇ ਸੇ ਬਹੁਤ ਫਾਇਦਾ ਹੋਤਾ ਹੈ, ਹਾਂ ਦੇਖੋ ਮੇਰੀ ਆਗ ਵੀ ਭੜਕਤੀ ਹੈ, ਆਸਨ ਕਰਨੇ ਸੇ ਠੀਕ ਹੋ ਗਈ, ਆਸਨ ਐਸੇ ਐਸੇ ਕੀਆ ਕਰੋ ਬੇਟਾ, ਐਸੇ ਐਸੇ ਕੀਆ ਕਰੋ, ਐਸੇ ਐਸੇ ਕਰਨੇ ਸੀ ਬਾਲ ਆ ਜਾਤੇ ਹੈ, ਹਾਂ ਹਾਂ ਬੀਬੀ ਬੇਟਾ ਤੁਮ ਖੜੇ ਹੋ ਕਿਆ ਕਹਿ ਰਹੇ ਥੇ, ਹਾਂ ਬਾਬਾ ਜੀ ਮੈਨੇ ਐਸੇ ਐਸੇ ਬਹੁਤ ਕੀਆ, ਮੁਝੇ ਆਪ ਜੈਸੀ ਦਾੜੀ ਨਿਕਲ ਆਈ, ਹਾਂ ਅੱਛਾ ਅੱਛਾ ਬੈਠੋ ਬੈਠੋ, ਹਾਂ ਅੱਛਾ ਬੱਚਾ ਆਸਨ ਤੁਮ ਵੀ ਕੀਆ ਕਰੋ, ਆਸਨ ਕਰਨੇ ਸੇ ਵਜਨ ਵੀ ਬਹੁਤ ਕਮ ਹੋ ਜਾਤਾ ਹੈ, ਹਾਂ ਹਾਂ ਬੱਚਾ ਤੁਮ ਖੜੇ ਹੋ, ਹਾਂ ਬਾਬਾ ਜੀ ਮੈਂ ਵੀ ਆਪਕਾ ਆਸਨ ਬਹੁਤ ਕੀਆ, ਮੇਰਾ ਇੱਕ ਦਿਨ ਮੈਂ 8 ਕਿਲੋ ਵਜਨ ਕਮ ਹੋ ਗਿਆ, ਅੱਛਾ ਦੇਖਾ ਆਸਨ ਕਰਨੇ ਸੇ ਕਿਤਨਾ ਫਾਇਦਾ ਹੋਤਾ ਹੈ, ਇੱਕ ਦਿਨ ਮੈਂ 8 ਕਿਲੋ ਵਜਨ ਕਮ ਗਿਆ, ਹਾਂ ਬੇਟਾ ਕੈਸੇ ਇੱਕ ਦਿਨ ਮੈਂ 8 ਕਿਲੋ ਵਜਨ ਕਮ ਹੋ ਗਿਆ, ਹਾਂ ਬਾਬਾ ਜੀ ਮੇਰੀ ਡਿਲੀਵਰੀ ਹੋ ਗਈ, ਬਿਲਕੁਲ ਤੁਸੀਂ ਮਤਲਬ ਤਵਾ ਲਾ ਦਿੱਤਾ ਇੱਦਾਂ ਤਾਂ ਲੱਗ ਰਿਹਾ ਜੀ, ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਜੀ, ਜੇ ਜੇਕਰ ਕਪਿਲ ਫਿਰ ਯਾਦ ਕਰਨ ਤੁਹਾਨੂੰ ਕਿ ਬਾਈ ਤੁਸੀਂ ਆ ਜਾਓ ਹੁਣ ਜਾਓਗੇ ਫਿਰ, ਬਿਲਕੁਲ ਸ਼ੋਰ ਜੀ, ਨਵਾਂ ਸ਼ੋਅ ਸ਼ੁਰੂ ਕੀਤਾ, ਹਾਂ ਨਵਾਂ ਸ਼ੋਅ ਨੈੱਟਫਲਿਕਸ 'ਤੇ ਕੀਤਾ ਹੈਗਾ ਇਹਨਾਂ ਨੇ, ਅਤੇ ਕਾਫੀ ਅੱਛਾ ਅੱਛੀ ਟਾਈਮਿੰਗ ਹੈ, ਅੱਛਾ ਸਭ ਕੁਛ ਹੈ, ਉੱਥੇ ਜਾਵਾਂਗੇ ਤਾਂ ਮੈਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਜੇ ਬੁਲਾਉਂਦੇ ਤਾਂ ਮੈਂ ਜ਼ਰੂਰ ਜਾਵਾਂ। ਤੁਸੀਂ ਇੰਨੇ ਵੱਡੇ ਕਲਾਕਾਰ ਹੋ ਅਤੇ ਪੰਜਾਬੀ ਫਿਲਮਾਂ ਵਿੱਚ ਤਾਂ ਆਏ ਰਹੇ ਹੋ, ਬਾਲੀਵੁੱਡ ਦਾ ਵੀ ਜੋ ਤੁਹਾਨੂੰ ਹੁਣ ਔਫਰ ਆ ਸਕਦੇ ਨੇ, ਅਤੇ ਜਾਓਗੇ ਫਿਰ ਬੰਬੇ 'ਚ ਪੰਜਾਬ ਛੱਡ ਕੇ? ਦੇਖੋ ਪੰਜਾਬ, ਦੇਖੋ ਪੰਜਾਬ ਛੱਡਣਾ ਪੰਜਾਬ ਪਹਿਲੀ ਗੱਲ ਕੋਈ ਛੱਡ ਹੀ ਨਹੀਂ ਸਕਦਾ ਜੀ, ਪੰਜਾਬ ਲੋਕਾਂ ਦੇ ਦਿਲਾਂ 'ਚ ਵੱਸਦਾ ਜੀ, ਅਤੇ ਬਾਕੀ ਇਹ ਗੱਲ ਹੈਗੀ ਕਿ ਕੰਮ ਵਾਸਤੇ ਲੋਕ ਕੈਨੇਡਾ ਅਮਰੀਕਾ ਸਭ ਜਗ੍ਹਾ ਜਾਂਦੇ ਹੀ ਨੇ, ਅਤੇ ਇੱਕ ਵਰਕ ਹੈ ਅਤੇ ਵਰਕ ਬੰਦੇ ਨੂੰ ਕਰਨਾ ਚਾਹੀਦਾ ਮੇਰੇ ਹਿਸਾਬ 'ਤੇ, ਜਾਣਾ ਪਏਗਾ। ਕਿਸ ਤਰ੍ਹਾਂ ਦਾ ਮਤਲਬ ਹੁਣ ਚਾਹੁੰਦੇ ਹੋ, ਕਿਉਂਕਿ ਇੱਕ ਪਹਿਚਾਣ ਬਣ ਚੁੱਕੀ ਹੈ, ਕਿਸ ਤਰ੍ਹਾਂ ਦੇ ਰੋਲ ਚਾਹੁੰਦੇ ਹੋ ਤੁਸੀਂ ਪੰਜਾਬੀ ਫਿਲਮਾਂ ਦੀ ਗੱਲ ਹੀ ਕਰ ਲਈਏ? ਦੇਖੋ ਰੋਲ ਕੋਈ ਛੋਟਾ ਵੱਡਾ ਨਹੀਂ ਹੁੰਦਾ, ਮੇਰੀ ਇੱਕ ਮੂਵੀ ਆ ਰਹੀ ਹੈ ਸਿੱਧਾ, ਡਾਇਰੈਕਟਰ ਪ੍ਰਵੀਨ ਮਹਿਰਾ ਜੀ ਉਹਨੂੰ ਰਿਲੀਜ਼ ਕਰ ਰਹੇ ਨੇ, ਅਤੇ ਉਹਦੇ 'ਚ ਹੀ ਬੜਾ ਮਤਲਬ ਪਿਆਰ ਦਿੱਤਾ ਉਹਨਾਂ ਨੇ, ਡਾਇਰੈਕਟਰ ਪ੍ਰਵੀਨ ਮਹਿਰਾ ਜੀ ਬੜੇ ਅੱਛੇ ਡਾਇਰੈਕਟਰ ਹੈਗੇ ਨੇ, ਪਿੱਛੇ ਉਹਨਾਂ ਦੀ ਜਿਹੜੀ ਪਹਿਲੀ ਮੂਵੀ ਮੇਰੀ ਆਈ ਸੀ ਬਾਪੂ ਦਾ ਕਲਾਕਾਰ ਆਈ ਸੀਗੀ, ਅਤੇ ਉਹਦੇ 'ਚ ਵੀ ਮੇਰਾ 1.5 ਘੰਟੇ ਦਾ ਰੋਲ ਉਹਨਾਂ ਨੇ ਪਾਇਆ ਸੀਗਾ, ਅਤੇ ਉਹ ਵੀ ਲੋਕਾਂ ਨੇ ਕਾਫੀ ਰੋਲ ਸਰਾਇਆ, ਅਤੇ ਇਹਦੇ 'ਚ ਮੇਰਾ ਇੱਕ ਖੱਪੀ ਰਿਕਸ਼ੇ ਵਾਲਾ ਦਾ, ਜਿਹੜੇ ਮਤਲਬ UP-BR ਤੋਂ ਰਿਕਸ਼ੇ ਲਿਆਉਂਦੇ ਨਾ, ਉੱਦਾਂ ਦਾ ਕਰੈਕਟਰ ਇਹਨਾਂ ਨੇ ਪਾਇਆ, ਅਤੇ ਉਹ ਮਤਲਬ ਕਿ ਤੁਹਾਨੂੰ ਮੈਂ ਕਰਕੇ ਦਿਖਾਉਣਾ, ਆਹ ਤੁਹਾਡੀ 11 ਟੀਅਰ, ਉਹਦੇ 'ਚ ਹੈਗਾ ਇੱਕ ਖੱਪੀ ਰਿਕਸ਼ੇ ਵਾਲੇ ਦਾ, ਇੱਕ ਮਿੰਟ, ਅਤੇ ਮਤਲਬ UP-BR ਤੋਂ ਬੰਦੇ ਆਉਂਦੇ ਨੇ, ਹੁਣ ਅੱਜ ਕੱਲ੍ਹ ਟੈਟੂ ਦਾ ਦੌਰ ਚੱਲਦਾ ਰਿਹਾ, ਹਾਂਜੀ ਹਰ ਇੱਕ ਨੇ ਟੈਟੂ ਬਣਵਾਇਆ, ਅਤੇ ਉਹ UP ਤੋਂ ਆਉਂਦਾ ਬੰਦਾ ਤਾਂ ਦੇਖਦਾ ਕਹਿੰਦਾ
अरे पाजी बड़ा बढ़िया टैटू बनाए हो, हाँ यहाँ पे बड़ा बढ़िया टैटू बनाए हो। हाँ पाजी एक तो टैटू हम भी बनाए यहाँ पे, बनाए यहाँ पे। अच्छा तुम क्या बनाए हो? अरे बाबूजी गिटार बनाए, का करे गरीब लोग है, मनोरंजन मनोरंजन हो जाता है। अच्छा मनोरंजन कैसे हो जाता है? अरे बाबू जी जब खुजली होता खजाते ना तो गिटार बजता है, बहुत बढ़िया मनोरंजन होता है। बिल्कुल लक्की जी, एक लास्ट विच किसी बड़े फिल्मी कलाकार दा जिन्नू तुसी बड़ा प्यार करते हो एक डायलॉग जरूर हो जाए जाते 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 जाते। एक साढ़े देखो हर इंसान ना कोई फेवरेट होंगे, शक्ति कपूर साहब देखो बड़ा उन्होंने एक ना मतलब जो भी मैं उन्होंने कोई करैक्टर देखता तो मैंने याद जरूर आती है हम शक्ति कपूर साहब की, क्योंकि उन्होंने पर्सनैलिटी बड़ी अच्छी है, उन्होंने एक अलग है। आओ अचक्या अचक्या मेरे तन मेरे कन्न मेरे पास आ, मैं तुझे गोला खिलाऊंगा आओ। बिल्कुल ये देख एक बंदे दे विच कितनी ज़्यादा कलाकारी है, अपना रोज़गार भी कर रहे हैं फिल्मों में जो है, अपना शौक भी पूरा कर रहे हैं, तो वड्डे कलाकार के नाल लगातार जिहड़े ने नज़र पर्दे ते आ रहे हैं, होर भी जिहड़े आने वाले समय में इन्हां दी फिल्मां जिहड़ियां वड्डियां फिल्मां जिहड़ियां वो भी तुसीं पर्दे ते देखोगे, और जेकर गोला खाना या जो है दुध सोडा या मिल्क शेक वगैरह जो पीना है तो वो भी जो है अपनी ड्यूटी पूरी निभा रहे हैं। तुसीं देख सकते हो कि वधिया इन्हां दा जिहड़ा इत्थे तैयार किया जाता है, लोगों के दिलों के जिते खुशी भरते हैं अपने डायलॉग सुना के उत स्वाद भी घट नहीं है, जेकर तुम इतने आओगे तो स्वाद के नाल खुशी भी तुम लैके जाओगे। कैमरामैन जसविंदर सिंह के नाल कुलबीर राय सुरकाब ते रहमत टीवी लुधियाना।